ਡਾਕੂਆਂ ਦੇ ਲਾਣੇ 'ਚੋਂ ਸੁਣੀ ਦਾ ਗੱਭਰੂ, ਥੋੜ੍ਹਾ ਮੋਟਾ ਤਾਂ ਰਹੂਗਾ ਰੌਲਾ ਗੌਲਾ ਲੜੇ। ਸੋ ਡਾਕੂਆਂ ਦਾ ਲਾਣਾ ਵੱਜਦਾ ਬਈ, ਪਿੰਡ ਮੜੌੜ 'ਚ ਬੈਠੇ ਹਾਂ। ਪਿੰਡ ਮੜੌੜ ਮੱਝਾਂ ਕਰਕੇ ਮਸ਼ਹੂਰ ਆ, ਨਾਭੇ ਦੇ ਏਰੀਏ 'ਚ ਸਭ ਤੋਂ ਵੱਧ ਪਸ਼ੂ ਨੇ ਇਸ ਪਿੰਡ 'ਚ। ਉਹ ਕਾਰਨ ਇਹ ਆ ਵੀ ਬਹੁਤ ਵੱਡਾ ਟੋਭਾ ਇੱਥੇ, ਅਤੇ ਗੱਲਬਾਤ ਮੈਂ ਬਾਈ ਨਾਲ ਕਰਾਉਂਦਾ, ਬਾਈ ਗੁਰੀ ਨਾਲ। ਬਾਈ ਗੁਰੀ, ਬਹੁਤ ਬਹੁਤ ਸਵਾਗਤ ਆ ਤੁਹਾਡਾ। ਸਵਾਗਤ ਵੀਰੇ ਤੁਹਾਡਾ ਵੀ ਪਿੰਡ ਦੇ ਆਉਣ 'ਤੇ। ਅਤੇ ਬਾਈ ਘੋੜਿਆਂ ਦਾ ਸ਼ੌਕੀਨ ਆ, ਅਤੇ ਲਾਣਾ ਵੱਜਦਾ ਬਾਈ ਡਾਕੂਆਂ ਦਾ। ਅਤੇ ਬਾਈ ਫਿਰ ਘੋੜਿਆਂ ਦਾ ਤੈਨੂੰ ਕਿਵੇਂ ਸ਼ੌਕ ਪਿਆ? ਪਹਿਲਾਂ ਪੁਰਖੇ ਰੱਖਦੇ ਆਇਆ ਕਿ ਕਿਵੇਂ ਡਾਕੂਆਂ ਦਾ ਲਾਣਾ ਵੱਜਣ ਕਰਕੇ ਘੋੜੇ ਰੱਖ ਲਏ ਆਪਾਂ ਨੇ? ਘੋੜੇ ਵੀਰੇ ਪਹਿਲਾਂ ਤੋਂ ਹੀ ਸ਼ੌਕ ਸੀਗਾ। ਅੱਛਾ ਬਾਈ। ਹਾਂ, ਪਹਿਲਾਂ ਆਪਾਂ ਨੇ 2004 'ਚ ਰੱਖੇ ਤੇ। ਠੀਕ ਹੈ ਵੀਰੇ। ਅਤੇ 10 'ਚ ਛੱਡਤੇ ਸੀਗੇ। ਅੱਛਾ ਬਾਈ। ਹਾਂਜੀ। ਅਤੇ ਮਤਲਬ ਛੱਡ ਫਿਰ ਕਾਰਨ ਕੀ ਬਣ ਗਿਆ ਬਾਈ ਛੱਡਣ? 2-3 ਘੋੜੀਆਂ ਐਕਸਪਾਇਰ ਹੋ ਗਈਆਂ ਸੀਗੀਆਂ ਵੀਰੇ। ਅੱਛਾ, ਮਨ ਟੁੱਟ ਜਾਂਦਾ। ਠੀਕ ਆ। ਫਿਰ ਦੁਬਾਰਾ ਕਦੋਂ ਬਾਈ ਮਹਾਰਾਜ ਦੀ ਕਿਰਪਾ ਹੋਈ ਦੁਬਾਰਾ ਰੱਖਿਆ ਭਾਜਾ? ਫਿਰ ਵੀਰੇ 17-18 ਦੇ ਵਿੱਚ ਰੱਖੇ ਨੇ। ਠੀਕ ਆ। ਫਿਰ ਘੋੜੀਆਂ ਲੈ ਕੇ? ਹਾਂਜੀ। ਠੀਕ ਆ ਬਾਈ। ਤੇ ਹੁਣ ਆਪਣੇ ਕੋਲ ਇਸ ਟਾਈਮ 2 ਜਾਨਵਰ ਨੇ ਆਪਣੇ। ਹਾਂ ਵੀਰੇ। ਸਟੱਡ, ਪਹਿਲਾਂ ਸਟੱਡ ਫਾਰਮ ਦਾ ਨਾਮ ਦੱਸ ਬਾਈ ਆਪਣੇ। ਕੇਐਸ ਢਾਲੀਵਾਲ ਵੀਰੇ। ਕੇਐਸ? ਕੇਐਸ ਬਾਈ ਫਾਦਰ ਸਾਹਿਬ ਕੌਰ ਸਿੰਘ ਢਾਲੀਵਾਲ ਦੇ। ਠੀਕ ਆ, ਫਾਦਰ ਸਾਹਿਬ ਦੇ ਨਾਮ ਤੇ ਰੱਖਿਆ। ਹਾਂਜੀ। ਠੀਕ ਆ, ਠੀਕ ਆ ਬਾਈ। ਤੇ ਜਿਵੇਂ ਆਪਾਂ 17-18 'ਚ ਬਾਈ ਪਹਿਲਾਂ ਫਿਰ ਜਾਨਵਰ ਕਿਹੜਾ ਖਰੀਦਿਆ? ਪਹਿਲਾਂ ਆਪਾਂ ਬਛੇਰੀ ਲਿੱਤੀ ਸੀਗੀ ਵੀਰੇ, ਕਾਲੀ। ਕਾਲੀ? ਹਾਂ। ਤੇ ਉਦੋਂ ਮੈਂ ਤੁਹਾਡੀਆਂ ਇੱਕ ਫੋਟੋਆਂ ਦੇਖੀਆਂ ਨੇ ਪਹਿਲਾਂ, ਮਤਲਬ ਚੰਬੀਆਂ ਘੋੜੀਆਂ ਦਾ ਜ਼ਿਆਦਾ ਸ਼ੌਕੀਨ ਰਹੇ ਤੁਸੀਂ? ਹਾਂ, ਪਹਿਲਾਂ ਵੀਰੇ ਚੰਬੀਆਂ ਸੀਗੀਆਂ। ਠੀਕ ਆ। ਫਿਰ ਉਦੋਂ ਬਾਅਦ ਫਿਰ ਮਾਰਵਾੜੀ ਚੇਂਜ? ਹਾਂ, ਫਿਰ ਮਾਰਵਾੜੀ 'ਚ। ਫਿਰ ਕੀ ਕਾਰਨ ਰਿਹਾ ਤੇਰਾ ਟੇਸਟ ਚੇਂਜ ਹੋ ਗਿਆ ਬਾਈ, ਮਤਲਬ ਲਾਣੇ ਨਾਲੋਂ ਕਿਵੇਂ? ਹਾਂ ਵੀਰੇ, ਪਹਿਲਾਂ ਚੰਬੀ ਸੀਗੀ ਤੇ ਹੁਣ ਮਾਰਵਾੜੀ ਦੇ ਟ੍ਰੈਂਡ ਕਰਕੇ ਮਾਰਵਾੜੀ ਲੈ ਲਈ ਆਪਾਂ ਨੇ। ਵੀ ਜਿਹੋ ਜਿਹਾ ਦੌਰ ਆ ਬਾਈ ਉਸ ਹਿਸਾਬ ਨਾਲ ਚੱਲਦੇ ਹਾਂ। ਠੀਕ ਆ ਬਾਈ। ਤੇ ਬਾਈ ਦਾ ਆਪਾਂ ਬਛੇਰਾ ਫਲਮਾਇਆ ਬਹੁਤ ਚੰਗਾ, ਤੇ ਨਾਮ ਆ ਬਰੂਦ। ਤੇ ਬਾਈ ਬਰੂਦ ਜਿਹੜਾ ਨਾਂ ਰੱਖਿਆ ਤੈਨੇ, ਉਹ ਦੱਸ ਮੈਨੂੰ ਵੀ ਕੀ ਕਾਰਨ ਲੱਗਿਆ? ਕਿ ਛੋਟਾ ਹੁੰਦਾ ਕਰੰਟ ਬਹੁਤ ਘਟਦਾ ਸੀਗਾ ਵੀਰੇ। ਅੱਛਾ। ਮੈਂ ਫਿਰ ਬਰੂਦ ਹੀ ਰੱਖਦਾ। ਬਰੂਦ ਹੀ ਰੱਖਦਾ। ਇਹ ਵੀ ਠੀਕ ਆ ਗੱਲ, ਅਲੱਗ ਜਿਹਾ ਨਾਮ ਆ ਬਾਈ ਬਰੂਦ। ਤੇ ਬਾਈ ਇਹਦਾ ਫਿਰ ਕੀ ਖਾਨਦਾਨ ਆਪਣੇ ਬਛੇਰੇ ਦਾ? ਬਛੇਰਾ ਵੀਰੇ ਸੁਲਤਾਨ ਦਾ, ਅਲੀ ਕਿਰਨਗੜ ਵਾਲੇ ਦਾ ਪੋਤਾ। ਠੀਕ ਆ ਬਾਈ। ਹਾਂਜੀ। ਬਾਕੀ ਬਾਈ ਬਛੇਰੇ ਦੀ ਧੌਣ ਵੀ ਦੱਸਦੀ ਆ, ਕਿਉਂਕਿ ਅਲੀ ਕਿਰਨਗੜ ਦੀ ਜਿਹੜੀ ਧੌਣ ਆ, ਇੱਕ ਹਰ ਇੱਕ ਬਲੱਡ ਲਾਈਨ ਦਾ ਨਾ ਅਲੱਗ ਅਲੱਗ, ਜਿਵੇਂ ਸਨੱਖਪਣਾ ਜਾਂ ਅਲੀ ਸ਼ਾਨ ਦਾ ਕਹਿ ਲਓ, ਹੈ ਨਾ, ਵੀ ਕੰਨਾਂ 'ਚ ਸਨੱਖਪਣਾ ਜਾਂ ਪਟੇ ਆਉਂਦੇ ਸੀ। ਅਲੀ ਕਿਰਨਗੜ ਦੀ ਬਾਈ ਗਰਦਨ ਸਭ ਤੋਂ ਚੰਗੀ ਆਉਂਦੀ ਸੀਗੀ, ਅਤੇ ਬਹੁਤ ਵਧੀਆ। ਅਤੇ ਉਸ ਤੋਂ ਬਾਅਦ ਜਦ ਆਪਾਂ ਵੀ ਬਛੇਰੀ ਖਰੀਦੀ ਪਹਿਲਾਂ, ਤੁਸੀਂ ਕਹਿੰਦੇ 17-18, ਫਿਰ ਘੋੜੀ ਆਪਣੇ ਕੋਲ ਕਦੋਂ ਆਈ ਬਾਈ? ਘੋੜੀ ਵੀਰੇ ਆਪਾਂ ਨੇ 19 ਆਈ ਸੀਗੀ। 19 ਆਈ ਸੀ? ਅੱਛਾ। ਫਿਰ ਇਹ ਘੋੜੀ ਆਪਾਂ ਨੇ ਸੁਲਤਾਨ ਤੋਂ ਮੇਟ ਕਰਾਈ ਕਿਵੇਂ ਬਾਈ? ਇਹ ਗੱਬਣੇ ਲਿੱਤੀ ਸੀਗੀ ਵੀਰੇ। ਅੱਛਾ, ਗੱਬਣੇ ਲੈ ਲਈ? ਗੱਬਣੇ ਲਈ ਸੀ। ਅਤੇ ਫਿਰ ਪਹਿਲਾ ਬੱਚਾ ਆਪਣਾ ਇਹ ਆਇਆ? ਪਹਿਲਾ ਇਹ ਆਇਆ। ਠੀਕ ਆ। ਕਿੰਨੀ ਕੁ ਉਮਰ ਦਾ ਹੋ ਗਿਆ ਬਾਈ ਇਹ? ਇਹ ਵੀਰੇ 33 ਮਹੀਨਿਆਂ ਦਾ ਹੋ ਗਿਆ। 33 ਮਹੀਨੇ? 2 ਦੰਦ ਹੋ ਗਿਆ? ਹਾਂ, 2 ਦੰਦ ਹੋ ਗਏ। ਠੀਕ ਆ, ਠੀਕ ਆ ਬਾਈ। ਉਸ ਤੋਂ ਬਾਅਦ ਕੋਈ ਹੋਰ ਬੱਚਾ ਲਿਆ ਫਿਰ ਆਪਾਂ ਨੇ ਘੋੜੀ ਤੋਂ? ਆਪਣੀ ਤੋਂ ਇਹ ਘੋੜੀ ਦਾ ਬੱਚਾ ਵੀਰੇ ਘੁੰਮ ਗਿਆ ਸੀਗਾ, ਰਾਜ ਕੇਸਰੀ ਤੋਂ ਸੀਗਾ ਗੱਬਣਾ, ਬਾਈ ਹਰਿੰਦਰ ਵਾਲੇ? ਹਰਿੰਦਰ ਢਿੱਲੋਂ ਤੋਂ। ਮੱਝੂ ਕੇ ਬਲੱਡ? ਮੱਝੂ ਕੇ ਬਲੱਡ। ਠੀਕ ਆ ਬਾਈ, ਠੀਕ ਆ। ਤੇ ਆਪ ਬਾਈ ਕਿਹੜੀ ਲਾਈਨ ਦੀ ਆ ਘੋੜੀ, ਕੁਛ ਪਤਾ? ਇਹ ਵੀਰੇ ਮੱਝੂ ਕੇ ਲਾਈਨ 'ਚੋਂ ਹੀ ਆ ਘੋੜੀ ਵੀ। ਅੱਛਾ। ਹਾਂਜੀ। ਤੇ ਉਹ ਘੋੜੀ ਬਹੁਤ ਚੰਗੀ ਆ ਬਾਈ, ਤੇ ਤੁਰਨ ਤਰਨ ਨੂੰ ਬਹੁਤ ਬਾ ਕਮਾਲ, ਆਪਾਂ ਸਵਾਰੀ ਕਰਕੇ ਦੇਖੀ ਆ ਬਾਈ। ਤੇ ਬਾਕੀ ਬਲੱਡ ਲਾਈਨ 'ਚ ਜਦੋਂ ਬਾਈ ਤੋਰਾ ਹੋਵੇ ਤਾਂ ਮਜ਼ਬੂਤੀ ਆਪਣੇ ਆਪ ਆਈ ਜਾਂਦੀ ਆ, ਕਿਉਂਕਿ ਜਿਹੜਾ ਜਾਨਵਰ ਬਾਈ ਤੁਰਦਾ ਵੱਧ ਹੋਊ, ਆਟੋਮੈਟਿਕਲੀ ਉਹਦੇ ਹੱਡ ਪੈਰ ਮਜ਼ਬੂਤ ਹੋਣਗੇ, ਤਾਂ ਹੀ ਉਹ ਜਾਨਵਰ ਆ ਜਿਹੜਾ ਵੱਧ ਤੁਰਦਾ ਹੋਊਗਾ। ਅਤੇ ਬਾਈ ਆਪਾਂ ਜਿਵੇਂ ਆਪਣਾ ਬਛੇਰਾ 33 ਮਹੀਨਿਆਂ ਦਾ ਹੋ ਗਿਆ, ਹੁਣ ਤੱਕ ਕੋਈ ਘੋੜੀਆਂ ਘਾੜੀਆਂ 'ਤੇ ਛੱਡਿਆ ਬਾਈ? ਵੀਰੇ ਹਜੇ ਤੱਕ ਕੁਝ ਨਹੀਂ ਛੱਡਿਆ। ਅੱਛਾ, ਅਜੇ ਤੱਕ ਬਿਲਕੁਲ ਨਹੀਂ ਛੱਡਿਆ ਆਪਾਂ ਨੇ? ਠੀਕ ਆ ਬਾਈ। ਅਤੇ ਹੁਣ ਫਿਰ ਕਰਦੀ ਹੈ ਸਟੱਡ ਓਪਨ? ਹਾਂ ਵੀਰੇ, ਓਪਨ ਆ ਵੀਰੇ। ਅੱਜ ਬਾਈ ਦਾ ਆਪਾਂ ਜਿਹੜਾ ਬਾਈ ਘੋੜਾ ਲਾਂਚ ਕਰਨ ਆਇਆ, ਸਟੱਡ ਓਪਨ ਕਰਨ ਆਇਆ ਬਰੂਦ ਨੂੰ, ਸੁਲਤਾਨ ਦਾ ਬੱਚਾ ਅਤੇ ਅਲੀ ਕਰਲਗੜ ਦਾ ਪੋਤਾ। ਅਤੇ ਬਾਈ ਫੀਸ ਫੂਸ ਫਿਰ ਕਿੰਨੀ ਰੱਖੀ ਆ ਬਾਈ ਆਪਾਂ ਨੇ? ਫੀਸ ਵੀਰੇ ਆਪਾਂ 11,000। ਠੀਕ ਆ ਬਾਈ। ਕੋਈ ਨਹੀਂ ਦੇਣ ਵਾਲਾ ਹੋਊ ਆਪਾਂ ਫ੍ਰੀ ਵੀ ਛੱਡ ਦਾਂਗੇ, ਕੋਈ ਦਿੱਕਤ ਨਹੀਂ। ਵਾਹ ਜੀ ਵਾਹ, ਬਾਈ ਦਰਿਆ ਦੇ ਲਈ ਆ। ਅਤੇ ਬਾਈ ਕਹਿੰਦਾ ਵੀ ਆਪਾਂ ਫ੍ਰੀ ਵੀ ਛੱਡ ਦਾਂਗੇ ਬਾਈ, ਪੰਜਾਬ ਦੀ ਜਿਹੜੀ ਸ਼ੁੱਧ ਲਾਈਨ ਆ, ਦੇਖੋ ਇਹਦੇ ਵਿੱਚ ਮੱਝੂ ਕੇ ਬਲੱਡ ਲਾਈਨ ਵੀ ਆ ਗਿਆ ਅਤੇ ਅਲੀ ਕਿਰਲਗੜ ਵੀ ਆ ਗਿਆ, ਅਤੇ ਇਹ ਬਿਲਕੁਲ ਜਿਵੇਂ ਸਪੋਟਲੈਸ ਨੁਕਰਾ ਹੁੰਦਾ ਉਵੇਂ ਸਪੋਟਲੈਸ ਕਾਲਾ ਬਾਈ, ਹੈ ਨਾ, ਸਪੋਟਲੈਸ ਕਾਲਾ। ਅਤੇ ਮਾਂ ਦੇ ਫੁੱਲ ਆ ਥੋੜ੍ਹਾ ਜਿਹਾ? ਹਾਂ, ਮਾਂ ਦੇ ਫੁੱਲ ਆ ਵੀ। ਠੀਕ ਆ। ਇਹਦਾ ਪਿਓ ਵੀ ਇੱਕ ਰੰਗਾ ਹੀ ਆ ਬਾਈ, ਅਤੇ ਇਸ ਕਰਕੇ ਇੱਕ ਰੰਗਾ ਆਇਆ। ਜਿਹੜਾ ਰਾਜ ਕੇਸਰੀ ਵਾਲਾ ਬਛੇਰਾ ਆਇਆ ਸੀਗਾ ਵੀਰੇ, ਉਹ ਵੀ ਜੈੱਡ ਬਲੈਕ ਸੀਗਾ। ਜੈੱਡ ਬਲੈਕ? ਜੈੱਡ ਬਲੈਕ ਸੀਗਾ। ਠੀਕ ਆ। ਉਹ ਬਾਈ ਕੀ ਕਾਰਨ ਵੀ ਬੱਚਾ ਕਿਵੇਂ ਘੁੰਮਿਆ, ਕੁਛ ਡਾਕਟਰ ਨਾਲ ਗੱਲਬਾਤ ਹੋਈ? ਕਿਉਂਕਿ ਕਈ ਦੋਸਤ ਆਪਣੀ ਜਿਵੇਂ ਵੀਡੀਓ ਦੇਖਦੇ ਹੁੰਦੇ ਆ, ਹੈ ਨਾ, ਵੀ ਕਈ ਵਾਰ ਆਪਾਂ ਕੋਈ ਸੇਫਟੀ ਵਰਤ ਸਕਦੇ ਹੁੰਦੇ ਆਪਣੀ ਕੱਬਣ ਘੋੜੀ? ਯਾਰ, ਘੋੜੀ ਦੇਖ ਕੇ ਐਂ ਸਾਨੂੰ ਪਹਿਲੇ ਦਿਨ ਦਰਦ ਹੋਇਆ ਘੋੜੀ ਦੇ। ਠੀਕ ਆ ਬਾਈ। ਠੀਕ ਆ। ਦਰਦ ਹੋਣ ਤੋਂ ਬਾਅਦ ਆਪਣਾ ਚੈੱਕ ਕਰਾਈ, ਚਲੋ ਬੰਨ ਕਹਿੰਦੇ ਬੰਨ ਪੈ ਗਿਆ, ਬੰਨ ਖੁੱਲ੍ਹ ਗਿਆ ਜੀ। ਠੀਕ ਆ ਬਾਈ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਚੈੱਕ ਕਰੀ ਤਾਂ ਕਹਿੰਦਾ ਬੱਚਾ ਘੁੰਮਿਆ ਵਾ। ਅੱਛਾ ਬਾਈ। ਹਾਂਜੀ। ਇਹ ਤਾਂ ਨਹੀਂ ਹੋਇਆ ਵੀ ਜਦ ਦਰਦ ਉੱਠਿਆ ਉਹਨੇ ਲੇਟਾਂ ਲੁੱਟਾਂ ਵੱਧ ਮਾਰੀਆਂ, ਉਹਦੇ ਕਰਕੇ ਵੀ ਹੋ ਸਕਦਾ ਬਾਈ, ਹੈ ਨਾ? ਉਹ ਵੀ ਹੋ ਸਕਦੇ। ਠੀਕ ਆ ਬਾਈ। ਸੋ ਗੱਬਣ ਜਾਨਵਰ ਹੁੰਦਾ ਬਾਈ, ਕਿੰਨੇ ਕੁ ਮਹੀਨੇ ਦੀ ਗੱਬਣ ਸੀ ਬਾਈ ਜਦ ਇਹ? 8-9 ਮਹੀਨੇ ਦੀ ਗੱਬਣ ਸੀਗੀ ਵੀਰੇ। ਅੱਛਾ ਬਾਈ। ਹਾਂਜੀ। ਮਤਲਬ ਪੂਰ ਚੜ੍ਹਨ ਵਾਲਾ ਸੀ? ਹਾਂ, ਪੂਰ ਸੀਗਾ ਵੀਰੇ। ਠੀਕ ਆ ਬਾਈ, ਠੀਕ ਆ ਬਾਈ। ਕਿਉਂਕਿ ਇੱਕ ਸਾਲ ਦੀ ਮਿਹਨਤ ਹੁੰਦੀ ਆ ਬੰਦੇ
ਤੇ ਜਿਵੇਂ ਆਪਣਾ ਇਹ ਬਸ਼ੇਰਾ ਬਸ਼ੇਰੇ ਤੇ ਫਿਰ ਕੱਢ ਲਈ ਸਵਾਰੀ ਕਿ ਨਾ ਨਹੀਂ ਵੀਰੇ ਹਜੇ ਨਹੀਂ ਕੱਢੀ ਹੁਣ ਕਰਾਂਗੇ ਸ਼ੁਰੂ ਹੁਣ ਦੋ ਦੰਦ ਹੋ ਗਿਆ ਹਾਂ ਹੁਣ ਸਹੀ ਉਮਰ ਆ ਬੇਟੇ ਦੀ ਹਨਾ ਠੀਕ ਆ ਠੀਕ ਆ ਤੇ ਇੱਕ ਬਾਈ ਮੈਂ ਤੇਰੇ ਜਾਨਵਰਾਂ ਦੀ ਦੇਖਿਆ ਅਕਸਰ ਚਲੋ ਦੇਖਦੇ ਜਿਸ ਦਿਨ ਅਸੀਂ ਜਾਂਦੇ ਹੁੰਦੇ ਉਦੋਂ ਤਾਂ ਜਾਨਵਰ ਨਵਾਉਂਦੇ ਨੇ ਪਰ ਤੁਰਤ ਦਾ ਨਵਾਇਆ ਹੋਇਆ ਤੇ ਉਹ ਸਾਂਭ ਸੰਭਾਲ ਜਾਨਵਰਾਂ ਦੀ ਅਲੱਗ ਹੀ ਦਿਖ ਜਾਂਦੀਆਂ ਫਿਰ ਕੀ ਕੀ ਖੁਰਾਕ ਦਿੰਦਾ ਬਾਈ ਕੀ ਹਿਸਾਬ ਨੈਚੁਰਲ ਖੁਰਾਕ ਹੈ ਵੀਰੇ ਅੱਛਾ ਬਾਈ ਹਾਂਜੀ ਵੀਰੇ ਠੀਕ ਹੈ ਨੈਚੁਰਲ ਚਲੋ ਵੀ ਕੀ ਛੋਲੇ ਜੋਂ ਜੋ ਵੀ ਠੀਕ ਆ ਬਾਈ ਹਾਂਜੀ ਵੀਰੇ ਬਾਕੀ ਹੱਥ ਫੇਰੀ ਕਹਿ ਲੋ ਠੀਕ ਆ ਨਾ ਹੱਥ ਫੇਰੀ ਬਾਈ ਜ਼ਰੂਰੀ ਵੀ ਆ ਜਾਨਵਰ ਹਾਂਜੀ ਬਹੁਤ ਜ਼ਿਆਦਾ ਕੱਦ ਵੀ ਸੋਹਣਾ ਕਰ ਰਿਹਾ ਕੱਦ ਕਿੰਨਾ ਕੁ ਕਰ ਗਿਆ ਬਾਈ 64 ਇੰਚ ਹੋ ਗਿਆ ਵੀਰੇ 64 ਇੰਚ ਹੋ ਗਿਆ ਕੱਦ ਵੀ ਸੋਹਣਾ ਕਰ ਰਿਹਾ ਬਾਈ ਬਾਕੀ ਪੈਰਾ ਪੂਰਾ ਦਾ ਸੋਹਣਾ ਮਜ਼ਬੂਤ ਆ ਇਹ ਜਿਵੇਂ ਬਾਈ ਆਪਾਂ ਮੱਝੂ ਕੇ ਬਰਡ ਲਾਈਨ ਦੀ ਘੋੜੀ ਰੱਖੀ ਹੋਈ ਆ ਘੋੜੀ ਵੀ ਚੰਗੀ ਆ ਹਨਾ ਹਾਂਜੀ ਵੀਰੇ ਤੁਸੀਂ ਕਹਿੰਦੇ ਸੀ ਪਹਿਲਾਂ ਆਪਾਂ ਚੰਬੇ ਜਾਨਵਰ ਰੱਖਦੇ ਰਹੇ ਆ ਹਾਂਜੀ ਤੇ ਚੰਬੇ ਓਬਵੀਅਸਲੀ ਗੱਲ ਆ ਵੀ ਆਪਾਂ ਨੁਕਰੇ ਬੱਚਿਆਂ ਕਰਕੇ ਰੱਖ ਰਹੇ ਆ ਨੁਕਰਾ ਵੇਖ ਜਾਂਦਾ ਚਲੋ ਜਿਵੇਂ ਵੀ ਹਨਾ ਤੇ ਹੁਣ ਤੁਸੀਂ ਜਿਹੜੀ ਬਲੱਡ ਲਾਈਨ ਦੀ ਮਤਲਬ ਘੋੜੀ ਲਈ ਆ ਮੱਝੂ ਕੇ ਦੀ ਲਈ ਆ ਮਾਰਵਾੜੀ ਸਾਈਡ ਆਏ ਹੋ ਤੁਸੀਂ ਬਾਈ ਕੀ ਸੋਚ ਕੇ ਆਏ ਹੋ ਤੁਸੀਂ ਇਸ ਸਾਈਡ ਬਾਈ ਬਾਈ ਆਪਾਂ ਨੂੰ ਮੱਝੂ ਕੇ ਲਾਈਨ ਜ਼ਿਆਦਾ ਪਸੰਦ ਆ ਠੀਕ ਆ ਬਾਈ ਹਾਂਜੀ ਤੇ ਇਹਦੇ ਫਿਰ ਬਾਈ ਕਿਸ ਹਿਸਾਬ ਨਾਲ ਤੁਸੀਂ ਕੋਈ ਅੱਗੇ ਕੋਈ ਸਾਨ ਤਿਆਰ ਕਰਕੇ ਕੋਈ ਵੇਚਣਾ ਚਾਹੁੰਦੇ ਹੋ ਜਾਂ ਕੋਈ ਹੋਰ ਬਰੀਡਿੰਗ ਤੇ ਕੰਮ ਕਰਨਾ ਚਾਹੁੰਦੇ ਹੋ ਜਾਂ ਕੋਈ ਵਪਾਰ ਵਾਸਤੇ ਨਹੀਂ ਵਪਾਰ ਵੀਰੇ ਆਪਾਂ ਕਰਦੇ ਨਹੀਂ ਹੈਗੇ ਸ਼ੌਂਕ ਨੂੰ ਰੱਖੇ ਬਣੇ ਠੀਕ ਆ ਬਾਈ ਹਾਂਜੀ ਵੀਰੇ ਵੀ ਕਦੇ ਇੱਕੋ ਦੋ ਐ ਜਾਨਵਰ ਕਦੇ ਲੈ ਦੇ ਕੇ ਨਹੀਂ ਆਪਣੇ ਅਸੀਂ ਪੱਕੇ ਉਹ ਰੱਖੇ ਬਣੇ ਫਿਲਹਾਲ ਤਾਂ ਠੀਕ ਆ ਬਾਈ ਗੁਰੂ ਜੀ ਮੈਂ ਅੱਜ ਕੱਲ ਟ੍ਰੈਂਡ ਚੱਲ ਰਿਹਾ ਬਾਈ ਫੋਰਨ ਜਾਣ ਦਾ ਅਬਰੋਡ ਜਾਣ ਦਾ ਹਰ ਕੋਈ ਜਿਹੜਾ ਨੌਜਵਾਨ ਉੱਠਦਾ ਨਵਾਂ ਉਹੀ ਸੋਚਦਾ ਵੀ ਆਪਾਂ ਬਾਹਰ ਜਾਣਾ ਕੰਮ ਸੈੱਟ ਕਰਨਾ ਪੈਸੇ ਕਮਾਉਣੇ ਨੇ ਤੇਰੇ ਦਿਮਾਗ 'ਚ ਬਾਈ ਉਹ ਕੀ ਚੀਜ਼ ਚੱਲਦੀ ਜਿਵੇਂ ਘੋੜੇ ਰੱਖਿਆ ਤੂੰ ਵੀ ਉੱਧਰ ਨੂੰ ਕਦੇ ਸੋਚਿਆ ਨਹੀਂ ਕਦੇ ਵੀ ਆਪਾਂ ਵੀ ਅਬਰੋਡ ਜਾਈਏ ਮੇਰਾ ਵੱਡਾ ਬ੍ਰਦਰ ਗਿਆ ਬਾਈ ਵੀਰੇ ਬਾਹਰ ਅੱਛਾ ਹਾਂ ਆਪਾਂ ਉਰੀਆਂ ਤੇ ਭਰਾ ਫਿਰ ਪੂਰੀ ਸਪੋਰਟ ਕਰਦਾ ਬਾਈ ਘੋੜਿਆਂ ਦੇ ਕੰਮ 'ਚ ਪੂਰੀ ਵੀਰੇ ਉਹਨੂੰ ਮੇਰੇ ਨਾਲੋਂ ਵੀ ਵੱਧ ਸ਼ੌਂਕ ਆ ਅੱਛਾ ਹਾਂ ਚਲੋ ਜਦ ਬਾਈ ਘਰ ਦੀ ਸਪੋਰਟ ਹੁੰਦੀ ਹੈ ਨਾ ਆਪਾਂ ਨੂੰ ਸ਼ੌਕ ਰੱਖਣਾ ਜਿਹੜਾ ਹੋਰ ਵੀ ਸੌਖਾ ਹੋ ਜਾਂਦਾ ਹਨਾ ਨਹੀਂ ਅਕਸਰ ਕਈ ਸੱਜਣ ਮਿੱਤਰ ਨੇ ਜਿਹੜੇ ਘਰੋਂ ਸਪੋਰਟ ਨਹੀਂ ਹੁੰਦੀ ਉਹਦੇ ਬਾਵਜੂਦ ਜਾਨਵਰ ਰੱਖਣੇ ਬਾਈ ਬਹੁਤ ਔਖੇ ਹੁੰਦੇ ਸਹੀ ਹੈ ਆਪਾਂ ਨੂੰ ਘਰੋਂ ਵੀਰੇ ਫੁੱਲ ਸਪੋਰਟ ਆ ਹੋਰ ਵੀ 11 ਮਿੱਤਰਾਂ ਦੀ ਸਾਰਿਆਂ ਦੀ ਸਹੀ ਗੱਲ ਆ ਬਾਈ ਜਿਵੇਂ ਨੌਜਵਾਨ ਨੇ ਬਾਈ ਜਿਵੇਂ ਆਪਾਂ ਕਹਿੰਦੇ ਨੇ ਬਈ ਨਸ਼ੇ ਪੱਤੇ ਦਾ ਦੌਰ ਚੱਲਦਾ ਜਾਂ ਹੋਰ ਹਨਾ ਜਿਹੜਾ ਇਹਨਾਂ ਨੂੰ ਰੱਖਦਾ ਜਾਨਵਰਾਂ ਨੂੰ ਇਹਨਾਂ ਦੀ ਸਾਂਭ ਸੰਭਾਲ 'ਚ ਇਹਦਾ ਸਮਾਂ ਜਿਹੜਾ ਪੂਰਾ ਲੰਘ ਜਾਂਦਾ ਨਸ਼ੇ ਪੱਤੇ ਲੱਗ ਜਾਂਦੀ ਹੈ ਹਾਂ ਨਸ਼ੇ ਪੱਤੇ ਦਾ ਉਹਨੂੰ ਟਾਈਮ ਹੀ ਨਹੀਂ ਮਿਲਦਾ ਹੋਰ ਪਾਸੇ ਜਾਣ ਦਾ ਬਾਈ ਤੂੰ ਬਾਈ ਜਿਵੇਂ ਚੱਲ ਨਵਾਂ ਮੁੰਡਾ ਬਾਈ ਤੂੰ ਕੀ ਸੇਧ ਦੇਣੀ ਚਾਹੁੰਦਾ ਨੌਜਵਾਨਾਂ ਨੂੰ ਹੁੰਦੇ ਟਾਈਮ ਵਧੀਆ ਸ਼ੌਂਕ ਹੈ ਵੀਰੇ ਬੰਦਾ ਆਪਣਾ ਇਹਨਾਂ 'ਚ ਬਿਜ਼ੀ ਰਹਿੰਦਾ ਠੀਕ ਹੈ ਬਾਈ ਹਾਂਜੀ ਵੀਰੇ ਤੇ ਬਾਕੀ ਨਸ਼ੇ ਪੱਤੇ ਗਣੀ ਨਹੀਂ ਹੁੰਦਾ ਹੋਰ ਵੱਧੂ ਕੰਮਾਂ ਗਣੀ ਇਹ ਵੀ ਬਈ ਹੈ ਤਾਂ ਇੱਕ ਨਸ਼ਾ ਹੀ ਆ ਹਾਂ ਵੀਰੇ ਹਾਂ ਕਿਉਂਕਿ ਇਹ ਵੀ ਆਪਾਂ ਬਈ ਘਰੋਂ ਖਵਾਉਣੀ ਆ ਚਲ ਕੋਈ ਹੋਇਆ ਕੋਈ ਬਿਰਲਾ ਕੋਈ ਪੈਸੇ ਕਮਾ ਗਿਆ ਇਹਨਾਂ ਚੋਂ ਵੀ ਆਪਾਂ ਖਵਾਉਂਦੇ ਪਰ ਜਿਹੜਾ ਇਹਨਾਂ ਨੂੰ ਖਵਾਉਂਦਾ ਬਈ ਉਹ ਆਪ ਨਹੀਂ ਕਦੇ ਭੁੱਖਾ ਮਰਦਾ ਮੈਂ ਹਰ ਇੱਕ ਗੱਲ ਹਰ ਇੱਕ ਵੀਡੀਓ 'ਚ ਇਹੀ ਗੱਲ ਕਹਿੰਦਾ ਹੁੰਦਾ ਵੀ ਸਾਂਭ ਸੰਭਾਲ ਬਾਕੀ ਕਈ ਦੋਸਤ ਮਿੱਤਰ ਦੇਖਾ ਦੇਖੀ ਜਾਨਵਰ ਬਈ ਰੱਖ ਜ਼ਰੂਰ ਲੈਂਦੇ ਆ ਰੀਲਾਂ ਰੂਲਾਂ ਪਾਉਣ ਦੇ ਮਾਰੇ ਹਨਾ ਦੇਖ ਕੇ ਇੱਕ ਦੂਜੇ ਨੂੰ ਇੱਕ ਰੀਸ ਹੁੰਦੀ ਆ ਇੱਕ ਸ਼ੌਕ ਹੁੰਦਾ ਤੇ ਬਾਈ ਨੇ 10 ਸਾਲਾਂ ਬਾਅਦ ਫਿਰ ਸ਼ੌਂਕ ਆ ਜਿਹੜਾ ਘਰ 'ਚ ਉਹ ਲੈ ਕੇ ਆਇਆ ਆਪਦਾ ਹਨਾ ਜਿਵੇਂ ਤੁਸੀਂ ਕਹਿੰਦੇ ਵੱਡੇ ਭਰਾ ਨੇ ਰੱਖੇ ਆਪਦੇ ਜਾਨਵਰ ਤੇ ਉਸ ਤੋਂ ਬਾਅਦ ਜਦ ਤੁਸੀਂ ਬਾਈ ਸਾਂਭਣ ਜੋਗੇ ਹੋ ਗਏ ਫਿਰ ਤੁਸੀਂ ਹਾਂਜੀ ਵੀਰੇ ਫਿਰ ਆਪਾਂ ਤੇ ਜਾਨਵਰ ਜਿਹੜੇ ਬਾਈ ਨੇ ਰੱਖੇ ਹੋਏ ਨੇ ਉਹਨਾਂ ਦੀ ਸਾਂਭ ਸੰਭਾਲ ਵੀ ਦੱਸਦੀ ਆ ਵੀ ਹਾਂ ਬਾਈ ਬੰਦਾ ਸ਼ੌਕ ਨਾਲ ਕੰਮ ਕਰ ਰਿਹਾ ਤੇ ਇਹ ਬਾਈ ਦੀ ਸਾਰੀ ਮਿੱਤਰ ਮੰਡਲੀ ਆ ਕੁਛ ਯਾਰ ਮਿੱਤਰ ਸਾਡੇ ਸਾਂਝੇ ਨੇ ਬਾਈ ਧਰਮਿੰਦਰ ਹੋ ਗਿਆ ਰੋਟੀ ਤੋਂ ਬਾਈ ਨਿੰਦਰ ਹੋ ਗਿਆ ਤੇ ਕੁਛ ਸੱਜਣਾਂ ਨੂੰ ਮੈਂ ਪਹਿਲੀ ਵਾਰ ਮਿਲਿਆ ਤੇ ਬਾਈ ਨਾਲ ਆਪਣੇ ਨਵਾਂ ਬਾਈ ਦਾ ਸੁੱਖੀ ਵੀਰੇ ਸੁੱਖੀ ਬਾਈ ਦਾ ਡੌਗ ਕੈਨਲ ਹਨਾ ਕੈਨਲ ਹਾਂਜੀ ਵੀਰੇ ਠੀਕ ਆ ਕਿਹੜਾ ਪਿੰਡ ਤੋਂ ਬਾਈ ਆਪਣਾ ਬੇੜਵਾਲ ਤੋਂ ਵੀਰੇ ਬੇੜਵਾਲ ਤੋਂ ਵੀਰੇ ਤੇ ਆਪਾਂ ਕਿਹੜੀ ਕਿਹੜੀ ਬਰੀਡ ਦੇ ਬਾਈ ਡੌਗ ਰੱਖਦੇ ਆ ਆਪਣਾ ਟੋਏ ਪਾਮ ਮਿੰਨੀ ਪਾਮ ਤੇ ਸਿਟੀ ਇਹ ਵਾਂ ਜਿਹੜੇ ਛੋਟੇ ਛੋਟੇ ਜਿਹੇ ਹੁੰਦੇ ਹਨਾ ਵੀਰੇ ਤੇ ਉਹ ਫਿਰ ਵੱਡਿਆਂ ਵਾਲਾ ਪੰਗਾ ਨਹੀਂ ਲਿਆ ਕਦੇ ਨਾ ਜੀ ਵੀਰੇ ਅੱਛਾ ਅੱਛਾ ਤੇ ਇਹਨਾਂ ਦਾ ਬਾਈ ਕੀ ਹਿਸਾਬ ਕਿਤਾਬ ਰਹਿੰਦਾ ਬਾਈ ਇਹਨਾਂ ਦਾ ਵੀ ਬੱਚਾ ਬੱਚਾ ਕਿੰਨੇ ਕੁ ਦਾ ਮਿਲ ਜਾਂਦਾ ਇਹਨਾਂ ਦਾ ਇਹ ਵੀਰੇ ਕੁਆਲਿਟੀ ਤੇ ਡਿਪੈਂਡ ਆ ਅੱਛਾ ਤੇ ਹੁਣ ਵਪਾਰ ਕਿਵੇਂ ਚੱਲ ਰਿਹਾ ਦਾ ਮੱਧਮ ਆਕ ਕਿਵੇਂ ਆ ਬਾਈ ਬੜੀਆਂ ਬਰੀਡਾਂ ਦਾ ਥੋੜਾ ਜਿਹਾ ਡਾਊਨ ਆ ਠੀਕ ਹੈ ਵੀਰੇ ਛੋਟੀਆਂ ਬਰੀਡਾਂ ਅਜੇ ਸਹੀ ਚੱਲਦੀਆਂ ਨੇ ਠੀਕ ਆ ਬਾਈ ਤੁਸੀਂ ਫਿਰ ਛੋਟੀ ਦਾ ਬਾਈ ਕੀ ਸੋਚ ਕੇ ਕਰਦੇ ਹੋ ਜਿਵੇਂ ਕਿਉਂਕਿ ਜਰਮਨ ਸ਼ੈਫਰਡ ਹੋ ਗਏ ਜਾਂ ਉਹ ਗੱਦੀ ਹੋ ਗਏ ਵੱਡੇ ਵੱਡੇ ਮੈਨੂੰ ਤਾਂ ਬਾਲਿਆਂ ਦੇ ਨਾਮ ਨਹੀਂ ਪਤਾ ਬਾਈ ਤੇ ਇਹਦਾ ਮੈਨੂੰ ਆਪਣਾ ਟੇਸਟ ਆ ਮੈਨੂੰ ਛੋਟੀ ਬਰੀਡ ਪਿਆਰੀ ਲੱਗੀ ਹੈ ਨਾ ਘਰੇ ਫਿਰਦੇ ਸੋਹਣੇ ਲੱਗਦੇ ਨੇ ਠੀਕ ਆ ਬਾਈ ਉਹਦੇ ਕਰਕੇ ਛੋਟੀ ਬਰੀਡ ਇਹ ਤਾਂ ਮਾਰੋ ਕਮਰਿਆਂ 'ਚ ਏਸੀ ਵਾਲੇ ਕਮਰੇ 'ਚ ਰਹਿੰਦੇ ਨੇ ਰਾਖੀ ਰੁੱਖੇ ਵਾਲਾ ਜਗਾੜ ਤਾਂ ਨਹੀਂ ਹੁੰਦਾ ਇਹਨਾਂ ਦਾ ਕੋਈ ਇਹ ਵੀਰੇ ਬੈਲ ਡੋਰ ਦਾ ਕੰਮ ਕਰਦੇ ਨੇ ਅਸਲ ਅੱਛਾ ਬੜਾ ਕੁੱਤਾ ਫੀਡ ਲੈ ਕੇ ਸੁਸਤਾ ਜੂ ਕੁੱਤੇ ਦਾ ਕੰਮ ਆਪਾਂ ਨੂੰ ਬਿੜਕ ਦੇਣਾ ਹੈ ਨਾ ਠੀਕ ਹੈ ਵੀਰੇ ਇਹ ਅਸਲ ਬੈਲ ਡੋਰ ਆ ਅੱਛਾ ਜਿਹੜੀ ਵੀ ਟੋਏ ਬਰੀਡ ਆ ਟੋਏ ਪਾਮ ਇਹ ਬੈਲ ਡੋਰ ਦਾ ਹੀ ਕੰਮ ਕਰਦੀ ਹੈ ਭਰਾ ਠੀਕ ਹੈ ਬਾਈ ਯਾਨੀ ਕਿ ਇਹ ਜਿਵੇਂ ਛੋਟੇ ਬੱਚਿਆਂ ਨੂੰ ਖੇਡਣ ਖੁੱਡਣ ਵਾਸਤੇ ਜ਼ਿਆਦਾਤਰ ਰੱਖ ਲਾਉਂਦੇ ਆ ਠੀਕ ਆ ਬਾਈ ਜਿੰਨੇ ਬੰਦੇ ਕੁਰਸੀਆਂ 'ਤੇ ਬੈਠੇ ਨੇ ਬਾਈ ਸਾਰੇ ਸ਼ੌਂਕੀ ਨੇ ਕੋਈ ਡੌਗ ਦਾ ਕੋਈ ਘੋੜਿਆਂ ਦਾ ਕੋਈ ਕਿਵੇਂ ਬਾਈ ਸੁੱਖ ਖਹਿਰਾ ਵੀ ਬਹੁਤ ਚੰਗੇ ਟੋਏ ਪਾਉਮ ਰੱਖਦਾ ਅਤੇ ਬਾਈ ਗੁਰੀ
ਬਾਈ ਗੁਰੀ ਥੋੜ੍ਹਾ ਕੈਮਰੇ ਤੋਂ ਸੰਗਦਾ ਰਿਹਾ, ਪਹਿਲੀ ਵੀਡੀਓ ਬਾਈ ਦੀ ਥੋੜ੍ਹੀ ਸੰਗ ਸੰਗ ਕੀ ਬਣਾਈ ਅਸੀਂ, ਹੈ ਨਾ ਗੁਰੀ? ਹਾਂਜੀ ਹਾਂ। ਅਤੇ ਬੰਦਾ ਬੜਾ ਨਾਈਸ ਆ ਬਾਈ, ਤੁਹਾਨੂੰ ਵੀ ਮਿਲ ਕੇ ਚੰਗਾ ਲੱਗੂ। ਕਿਸੇ ਦੋਸਤ ਮਿੱਤਰ ਨੇ ਬਾਈ ਬਰੂਦ ਤੋਂ ਬਰੀਡਿੰਗ ਸਰਵਿਸ ਲੈਣੀ ਹੋਵੇ, ਬਾਈ ਨੂੰ ਕਾਲ ਕਰ ਲਿਓ। ਬਾਈ ਦਾ ਨੰਬਰ ਆ ਜਿਹੜਾ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਅਤੇ ਸਕਰੀਨ ਦੇ ਉੱਪਰ ਵੀ ਚੱਲ ਰਿਹਾ। ਅਤੇ ਫੀਸ ਤਾਂ ਵੈਸੇ ਬਾਈ ਨੇ 11,000 ਰੱਖੀ ਆ। ਬਾਈ ਕਹਿੰਦਾ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਤਾਂ ਕੋਈ ਚੱਕਰ ਨਹੀਂ, ਘੋੜਾ ਆਪਾਂ ਫ੍ਰੀ ਆਫ ਕੋਸਟ ਵੀ ਛੱਡ ਦਾਂਗੇ। ਅਤੇ ਬਾਈ ਦਾ ਘੋੜਾ ਕਿਵੇਂ ਲੱਗਿਆ, ਬਾਈ ਦਾ ਸੁਭਾਅ ਕਿਵੇਂ ਲੱਗਿਆ, ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਧੰਨਵਾਦ।